ਡਾਕਟਰ ਸਰੂਪ ਸਿੰਘ ਮਰਵਾ ਦੀ ਪੁਸਤਕ ਦਾ ਅਖੀਰਲਾ ਇੱਕ ਹੋਰ ਸਵਾਲ ਹੈ ਕਿ ਚਿੰਤਕ, ਵਹਿਮੀ ਜਾਂ ਭਰਮੀ ਹੋਣਾ ਮਨੁੱਖ ਨੂੰ ਵਿਰਸੇ 'ਚੋਂ ਮਿਲਦਾ ਹੈ? ਜਵਾਬ ਹੈ, ਵਹਿਮੀ ਭਰਮੀ ਜਾਂ ਚਿੰਤਕ ਸੁਭਾਅ ਦਾ ਹੋਣਾ ਨਾ ਤਾਂ ਮਨੁੱਖ ਨੂੰ ਪਿਓ ਦਾਦੇ ਤੋਂ ਵਿਰਸੇ 'ਚ ਮਿਲਦਾ, ਨਾ ਹੀ ਜਨਮ ਤੋਂ ਹੀ ਉਹਦਾ ਅਜਿਹਾ ਸੁਭਾਅ ਹੁੰਦਾ। ਡਾਕਟਰ ਲੂਈਸ ਬੇਸ਼ ਦੇ ਕਥਨ ਅਨੁਸਾਰ ਕੁਝ ਖਾਸ ਕਿਸਮ ਦੇ ਹਾਲਾਤ ਅਤੇ ਵਾਤਾਵਰਨ ਮਨੁੱਖ ਨੂੰ ਵਹਿਮੀ ਭਰਮੀ ਅਤੇ ਚਿੰਤਕ ਬਣਾ ਦਿੰਦੇ ਹੈ। ਪਰ ਇਸ ਸਿਲਸਿਲੇ 'ਚ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਹੌਲੀ ਹੌਲੀ ਚਿੰਤਕ, ਵਹਿਮੀ ਅਤੇ ਭਰਮੀ ਬਣ ਰਿਹਾ। ਆਪਣੇ ਡਾਕਟਰ ਨਾਲ ਝਗੜੋ ਨਹੀਂ। ਕੁਛ ਦਿਨ ਹੋਏ ਸਾਡੇ ਪਾਸ ਇੱਕ ਮਰੀਜ਼ ਆਇਆ ਜਿਹਦੀ ਰਾਮ ਕਹਾਣੀ ਤੋਂ ਅਸੀਂ ਇਹ ਅੰਦਾਜ਼ਾ ਲਾਇਆ ਵੀ ਉਹ ਘੱਟੋ ਘੱਟ ਕੋਈ 2 ਦਰਜਨ ਬਿਮਾਰੀਆਂ ਦਾ ਸ਼ਿਕਾਰ ਹੈ। ਉਹਦੀ ਸਾਰੀ ਗੱਲਬਾਤ ਸੁਣ ਕੇ ਅਸੀਂ ਉਹਨੂੰ ਕਿਹਾ ਵੀ ਜੀ, ਜੋ ਕੁਝ ਤੁਸੀਂ ਦੱਸਿਆ ਸਭ ਠੀਕ ਹੈ, ਪਰ ਤੁਹਾਡੀਆਂ ਸਾਰੀਆਂ ਤਕਲੀਫਾਂ ਦਾ ਕਾਰਨ ਤੁਹਾਡੀ ਰੋਗੀ ਮਾਨਸਿਕ ਅਵਸਥਾ ਅਤੇ ਚਿੰਤਾ ਹੈ। ਉਹ ਸਾਡੇ ਇਹ ਸ਼ਬਦ ਸੁਣ ਕੇ ਬੜੇ ਗੁੱਸੇ ਅਤੇ ਨਾਰਾਜ਼ ਹੋ ਕੇ ਕਹਿਣ ਲੱਗਾ, ਡਾਕਟਰ ਸਾਹਿਬ, ਕੀ ਤੁਸੀਂ ਮੈਨੂੰ ਪਾਗਲ ਸਮਝਦੇ ਹੋ? ਮੈਂ ਐਡਾ ਮੂਰਖ ਤਾਂ ਨਹੀਂ ਕਿ ਮੈਨੂੰ ਇਹ ਪਤਾ ਨਾ ਲੱਗੇ ਕਿ ਮੇਰੀਆਂ ਸਾਰੀਆਂ ਤਕਲੀਫਾਂ ਦਾ ਕਾਰਨ ਮੇਰੀ ਰੋਗੀ ਮਾਨਸਿਕ ਅਵਸਥਾ ਹੈ। ਮੈਂ ਪੜ੍ਹਿਆ ਲਿਖਿਆ, ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ, ਤੁਸੀਂ ਕਿਵੇਂ ਕਹਿੰਦੇ ਹੋ ਕਿ ਮੇਰੀ ਮਾਨਸਿਕ ਅਵਸਥਾ, ਮੈਂਟਲ ਸਟੇਟ ਠੀਕ ਨਹੀਂ? ਠੀਕ ਹੀ ਕਿਸੇ ਰੋਗੀ ਨੂੰ ਇਹ ਨਿਸ਼ਚਾ ਕਰਾਉਣਾ ਕਿ ਤੇਰੀ ਬਿਮਾਰੀ ਦਾ ਕਾਰਨ ਤੇਰੀ ਰੋਗੀ ਮਾਨਸਿਕ ਅਵਸਥਾ, ਅਨਹੈਲਦੀ ਮੈਂਟਲ ਸਟੇਟ ਹੈ, ਡਾਕਟਰ ਲਈ ਇੱਕ ਬੜਾ ਕਠਿਨ ਕੰਮ ਹੁੰਦੀ ਹੈ। ਅਜਿਹੇ ਮਰੀਜ਼ ਕਾਫੀ ਗਿਣਤੀ 'ਚ ਸਾਡੇ ਪਾਸ ਆਉਂਦੇ ਹੈ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਦਾ ਅਸਲ ਕਾਰਨ ਡਰ, ਫਿਕਰ, ਚਿੰਤਾ ਅਤੇ ਮਾਨਸਿਕ ਖਿਚਾਓ ਹੁੰਦਾ ਹੈ। ਅਤੇ ਜਿਹੜੇ ਡਾਕਟਰ ਦੇ ਇਹ ਦੱਸਣ 'ਤੇ ਕਿ ਉਹਨਾਂ ਦੀਆਂ ਤਕਲੀਫਾਂ ਦਾ ਕਾਰਨ ਉਹਨਾਂ ਦੀ ਰੋਗੀ ਮਾਨਸਿਕ ਅਵਸਥਾ ਹੈ, ਡਾਕਟਰ ਨਾਲ ਨਾਰਾਜ਼ ਹੋ ਜਾਂਦੇ ਹੈ। ਇਹਨਾਂ ਮਰੀਜ਼ਾਂ ਨੂੰ ਅਸੀਂ ਸਲਾਹ ਦੇਵਾਂਗੇ ਕਿ ਜੇ ਤੁਹਾਡਾ ਡਾਕਟਰ ਕਹੇ ਕਿ ਤੁਸੀਂ ਚਿੰਤਕ, ਅਹਿਸਾਸੀ, ਵਹਿਮੀ ਅਤੇ ਭਰਮੀ ਹੋ, ਤਾਂ ਤੁਸੀਂ ਡਾਕਟਰ ਦੀ ਇਸ ਗੱਲ ਦਾ ਗੁੱਸਾ ਨਾ ਕਰੋ, ਬਲਕਿ ਜੋ ਕੁਝ ਉਹ ਕਹਿੰਦਾ ਹੈ ਉਸ 'ਤੇ ਨਿਸ਼ਚਾ ਰੱਖੋ ਅਤੇ ਅਮਲ ਕਰੋ। ਜੇ ਡਾਕਟਰ ਤੁਹਾਨੂੰ ਚਿੰਤਕ ਅਤੇ ਭਰਮੀ ਕਹਿੰਦੇ ਆ ਤਾਂ ਉਹਨਾਂ ਦੀ ਇਸ ਗੱਲ ਦਾ ਬੁਰਾ ਨਾ ਮਨਾਓ। ਆਪਣਾ ਇਲਾਜ ਕਰਵਾਉਣ ਵਿੱਚ ਸ਼ਰਮ ਮਹਿਸੂਸ ਨਾ ਕਰੋ। ਚਿੰਤਕ, ਵਹਿਮੀ ਅਤੇ ਭਰਮੀ ਹੋਣਾ ਕੋਈ ਸ਼ਰਮ ਵਾਲੀ ਗੱਲ ਨਹੀਂ। ਇਹਦਾ ਕਾਰਨ ਇਹ ਹੈ ਕਿ ਕੋਈ ਵੀ ਆਦਮੀ ਜਾਣਬੁੱਝ ਕੇ ਚਿੰਤਾ ਦੀ ਬਿਮਾਰੀ ਨਹੀਂ ਖਰੀਦਦਾ। ਇਹਦੇ ਨਾਲ ਹੀ ਆਦਮੀ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਚਿੰਤਾ, ਰੋਗ, ਵਹਿਮ ਅਤੇ ਭਰਮ ਦਾ ਸ਼ਿਕਾਰ ਹੋ ਰਿਹਾ। ਇਸ ਲਈ ਜੇ ਕੋਈ ਮਨੁੱਖ ਚਿੰਤਾ, ਰੋਗੀ ਜਾਂ ਕੁਝ ਵਹਿਮੀ ਬਣ ਗਿਆ ਹੈ ਤਾਂ ਇਸ 'ਚ ਉਹਦਾ ਆਪਣਾ ਕੋਈ ਦੋਸ਼ ਨਹੀਂ। ਚਿੰਤਾ, ਰੋਗੀ ਉਹ ਅਨਭੋਲ ਹੀ ਬਣ ਜਾਂਦਾ। ਪਰ ਜਦੋਂ ਕੋਈ ਮਨੁੱਖ ਚਿੰਤਾ, ਰੋਗ ਦਾ ਸ਼ਿਕਾਰ ਹੋ ਜਾਏ ਅਤੇ ਸ਼ਰਮ ਦੇ ਮਾਰਿਆਂ ਆਪਣਾ ਇਲਾਜ ਨਾ ਕਰਾਏ ਤਾਂ ਇਹ ਉਹਦੀ ਇੱਕ ਵੱਡੀ ਭੁੱਲ ਹੈ। ਇਸ ਲਈ ਅਸੀਂ ਚਿੰਤਕ ਅਤੇ ਭਰਮੀਆਂ ਨੂੰ ਇਹ ਮਸ਼ਵਰਾ ਦੇਵਾਂਗੇ ਕਿ ਉਹ ਬਿਨਾਂ ਕਿਸੇ ਡਰ, ਖੌਫ ਜਾਂ ਸ਼ਰਮ ਦੇ ਆਪਣਾ ਇਲਾਜ ਕਰਾਉਣ ਤੋਂ ਹਿਚਕਚਾਹਟ ਨਾ ਕਰਨ। ਜਿਵੇਂ ਤੁਸੀਂ ਆਪਣਾ ਸਰੀਰਕ ਰੋਗਾਂ ਦਾ ਇਲਾਜ ਨਿਡਰਤਾ ਨਾਲ ਕਰਾਉਂਦੇ ਹੋ ਅਤੇ ਇਸ 'ਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ, ਤਿਵੇਂ ਜੇ ਤੁਸੀਂ ਚਿੰਤਾ, ਰੋਗ ਅਤੇ ਉਸ ਤੋਂ ਪੈਦਾ ਹੋਈਆਂ ਬਿਮਾਰੀਆਂ ਦੇ ਸ਼ਿਕਾਰ ਬਣ ਗਏ ਹੋ ਤਾਂ ਕਿਸੇ ਮਨੋਵਿਗਿਆਨੀ ਜਾਂ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਤੋਂ ਆਪਣਾ ਇਲਾਜ ਕਰਵਾਉਣ ਤੋਂ ਨਾ ਡਰੋ। ਇਹ ਗੱਲ ਅਸੀਂ ਇਸ ਲਈ ਲਿਖ ਰਹੇ ਹਾਂ ਕਿਉਂਕਿ ਅਸੀਂ ਵੇਖਿਆ ਹੈ ਕਿ ਬਹੁਤ ਸਾਰੇ ਚਿੰਤਾ ਰੋਗੀ ਮਨੋਰੋਗਾਂ ਦੇ ਹਸਪਤਾਲ ਜਾਂ ਕਿਸੇ ਮਨੋਵਿਗਿਆਨੀ ਪਾਸ ਜਾਣ ਤੋਂ ਬਹੁਤ ਸ਼ਰਮਾਉਂਦੇ ਅਤੇ ਕੰਨੀ ਕੁਤਰਾਉਂਦੇ ਹੈ। ਇਸ ਪੁਸਤਕ ਦੇ ਇਸ ਕਾਂਡ ਨੂੰ ਸਮਾਪਤ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਅਮਰੀਕਾ ਦੇ ਇੱਕ ਪ੍ਰਸਿੱਧ ਮਨੋਵਿਗਿਆਨੀ ਡਾਕਟਰ ਜੋਸਫ ਵੀ ਕਲਿੰਗ ਦੇ ਭਾਸ਼ਣ ਦਾ ਕੁਝ ਉਹ ਵੀ ਹਿੱਸਾ ਦੱਸਦੇ ਹਾਂ ਜਿਹੜਾ ਕਿ ਉਹਨਾਂ ਨੇ ਮਾਨਸਿਕ ਰੋਗਾਂ ਦੇ ਇੱਕ ਹਸਪਤਾਲ ਦੀ 25ਵੀਂ ਬਰਸੀ ਦੇ ਸਮੇਂ ਦਿੱਤਾ ਸੀ। ਆਪਣੇ ਆਪ ਨੂੰ ਚਿੰਤਕ, ਭਰਮੀ ਅਤੇ ਵਹਿਮੀ ਕਹਾਉਣਾ ਮੰਨ ਲਓ, ਕਬੂਲ ਕਰ ਲਓ।
ਭਾਵ ਚਿੰਤਾ ਰੋਗੀ ਜਾਂ ਵਹਿਮੀ ਸਦਾਉਣ 'ਚ ਸ਼ਰਮ ਮਹਿਸੂਸ ਨਾ ਕਰੋ, ਤਾਂ ਫਿਰ ਤੁਸੀਂ ਉਸ ਪਰਿਵਾਰ ਦੇ ਜੀਆਂ ਨਾਲ ਸੰਬੰਧ ਰੱਖਦੇ ਹੋ ਜਿਹੜੇ ਕਿ ਦੁਨੀਆ ਦੀ ਚਾਸ਼ਨੀ ਹਨ, ਜਿਨ੍ਹਾਂ ਨੇ ਇਸ ਨੂੰ ਖੂਬਸੂਰਤ ਅਤੇ ਮਜ਼ੇਦਾਰ ਬਣਾਇਆ ਹੈ। ਦੁਨੀਆ ਦੀਆਂ ਕੁੱਲ ਵੱਡੀਆਂ ਵੱਡੀਆਂ ਚੀਜ਼ਾਂ ਸਾਨੂੰ ਚਿੰਤਕ ਅਤੇ ਭਰਮੀ ਲੋਕਾਂ ਤੋਂ ਹੀ ਮਿਲੀਆਂ ਹਨ। ਇਹ ਭਰਮੀ ਅਤੇ ਵਹਿਮੀ ਲੋਕ ਹੀ ਹਨ ਜਿਨ੍ਹਾਂ ਨੇ ਕਿ ਵੱਡੇ ਵੱਡੇ ਧਰਮਾਂ ਦੀਆਂ ਨੀਹਾਂ ਰੱਖੀਆਂ ਅਤੇ ਕਈ ਕਿਸਮ ਦੀਆਂ ਬੇਮਿਸਾਲ ਕਾਰੀਗਰੀ ਦੀਆਂ ਚੀਜ਼ਾਂ ਪੈਦਾ ਕੀਤੀਆਂ, ਜਿਵੇਂ ਕਿ ਦੁਨੀਆ ਦੀਆਂ ਮਸ਼ਹੂਰ ਤਸਵੀਰਾਂ ਦੇ ਬੁੱਤ, ਬਿਜਲੀ, ਰੇਲ ਗੱਡੀ, ਟੈਲੀਫੋਨ, ਰੇਡੀਓ, ਸਿਨੇਮੇ, ਮੋਟਰਾਂ ਅਤੇ ਹਵਾਈ ਜਹਾਜ਼ ਆਦਿ। ਤੁਸੀਂ ਕੋਈ ਅਜਿਹਾ ਜਗਤ ਪ੍ਰਸਿੱਧ ਲਿਖਾਰੀ ਜਾਂ ਕਵੀ ਨਹੀਂ ਦੱਸ ਸਕਦੇ ਜਿਹੜਾ ਕਿ ਚਿੰਤਕ, ਵਹਿਮੀ ਜਾਂ ਭਰਮੀ ਨਾ ਰਿਹਾ ਹੋਵੇ। ਤੁਸੀਂ ਦੁਨੀਆ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਗਾ ਸਕਦੀ ਕਿ ਉਹ ਇਹਨਾਂ ਚਿੰਤਕਾਂ, ਭਰਮੀ ਅਤੇ ਵਹਿਮੀ ਲੋਕਾਂ ਦੀ ਕਿੰਨੀ ਕੁ ਦੇਣਦਾਰ ਅਤੇ ਸ਼ੁਕਰਗੁਜ਼ਾਰ ਹੈ, ਅਤੇ ਨਾ ਹੀ ਉਹ ਇਸ ਗੱਲ ਦਾ ਅੰਦਾਜ਼ਾ ਲਾ ਸਕਦੀ ਹੈ ਕਿ ਇਹਨਾਂ ਨੇ ਜੋ ਸ਼ਾਨਦਾਰ ਤੋਹਫੇ ਸਾਨੂੰ ਬਖਸ਼ੇ ਹਨ ਉਹਨਾਂ ਨੂੰ ਬਣਾਉਣ ਲਈ ਇਹਨਾਂ ਵਿਚਾਰਿਆਂ ਨੂੰ ਕਿੰਨਾ ਕੁ ਦੁੱਖ ਅਤੇ ਮੁਸੀਬਤਾਂ ਸਹਿਣੀਆਂ ਪਈਆਂ ਸਨ। ਅਸੀਂ ਮਿੱਠੇ ਮਿੱਠੇ ਗੀਤ ਸੁਣ ਕੇ ਆਨੰਦ ਪ੍ਰਾਪਤ ਕਰਦੇ ਹਾਂ, ਸੋਹਣੀਆਂ ਸੋਹਣੀਆਂ ਤਸਵੀਰਾਂ ਵੇਖ ਕੇ ਆਸ਼ਾਸ਼ ਕਰਦੇ ਅਤੇ ਖੁਸ਼ ਹੁੰਦੇ ਹਾਂ। ਸੈਂਕੜੇ ਕਿਸਮ ਦੀਆਂ ਸਰੀਰਕ ਸੁੱਖ ਅਤੇ ਆਰਾਮ ਦੇਣ ਵਾਲੀਆਂ ਚੀਜ਼ਾਂ ਨੂੰ ਹਰ ਰੋਜ਼ ਵਰਤਦੇ ਹਾਂ, ਪਰ ਸਾਨੂੰ ਇਹ ਪਤਾ ਨਹੀਂ ਕਿ ਉਹਨਾਂ ਇਹਨਾਂ ਚੀਜ਼ਾਂ ਦੀ ਕਾਢ ਕੱਢਣ ਅਤੇ ਇਹਨਾਂ ਨੂੰ ਬਣਾਉਣ ਦਾ ਮੁੱਲ ਉਹਨਾਂ ਚਿੰਤਕ ਭਰਮੀਆਂ ਤੋਂ ਵਹਿਮੀਆਂ ਨੂੰ ਨੀਂਦਰੇ, ਪੇਟ ਦਰਦ, ਸਿਰ ਦਰਦ, ਦਮਾਂ ਅਤੇ ਬਲੱਡ ਪ੍ਰੈਸ਼ਰ ਦੇ ਰੂਪ 'ਚ ਕਿੰਨਾ ਕੁ ਦੇਣਾ ਪਿਆ ਸੀ। ਕਿੰਨੀਆਂ ਕਿੰਨੀਆਂ ਰਾਤਾਂ ਉਹ ਕਾਹੀ ਸੁੱਤੇ ਨਹੀਂ ਸਨ, ਕਿੰਨੇ ਕਿੰਨੇ ਦਿਨ ਉਹਨਾਂ ਨੂੰ ਆਪਣੇ ਕੰਮਾਂ ਵਿੱਚੋਂ ਰੋਟੀ ਖਾਣ ਦੀ ਫੁਰਸਤ ਵੀ ਨਹੀਂ ਸੀ ਮਿਲਦੀ। ਅਸੀਂ ਇਹਨਾਂ ਲੋਕਾਂ ਦੀ ਸ਼ੋਹਰਤ ਅਤੇ ਕਾਰਨਾਮਿਆਂ ਵੱਲ ਵੇਖ ਕੇ ਹੈਰਾਨ ਤਾਂ ਬੜੇ ਹੁੰਦੇ ਹਾਂ, ਪਰ ਅਸੀਂ ਇਸ ਗੱਲ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇੰਨੀ ਮਸ਼ਹੂਰੀ ਹਾਸਲ ਕਰਨ ਅਤੇ ਐਡੇ ਵੱਡੇ ਕਾਰਨਾਮੇ ਕਰਨ ਲਈ ਉਹਨਾਂ ਨੇ ਦੁੱਖ ਕਿੰਨੇ ਕੁ ਉਠਾਏ ਸਨ। ਵੱਡੇ ਵੱਡੇ ਅਤੇ ਮਹਾਨ ਬੁੱਧੀਮਾਨ ਜੀਨੀਅਸ ਲੋਕ ਯਕਦਮ ਜਾਂ ਉਡਾਰੀ ਲਾ ਕੇ ਸਫਲਤਾ ਦੀ ਸਿਖਰ 'ਤੇ ਨਹੀਂ ਪਹੁੰਚੇ ਸਨ। ਉਹ ਸਾਰੀ ਰਾਤ ਜਦੋਂ ਉਹਨਾਂ ਦੇ ਸਾਥੀ ਘੂਕ ਸੁੱਤੇ ਪਏ ਹੁੰਦੇ ਸਨ, ਉਹ ਸਫਲਤਾਵਾਂ ਦੀ ਟੀਸੀ 'ਤੇ ਪਹੁੰਚਣ ਲਈ ਯਤਨ ਕਰਦੇ ਰਹਿੰਦੇ ਸਨ। ਇਹਨਾਂ ਨੂੰ ਲੋਕ ਖਬਤੀ ਓਬਸੈਸ਼ਨਲ ਕਹਿੰਦੇ ਹਨ। ਮੇਰੇ ਮਿੱਤਰੋ, ਜੋ ਤਰੱਕੀ ਅੱਜ ਅਸੀਂ ਇਸ ਦੁਨੀਆ 'ਚ ਹੋਈ ਵੇਖ ਰਹੇ ਹਾਂ, ਉਹ ਬਿਲਾ ਸ਼ੁਬਾ ਉਹਨਾਂ ਲੋਕਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਜਿਨ੍ਹਾਂ ਨੂੰ ਉਸ ਸਮੇਂ ਲੋਕ ਚਿੰਤਕ, ਵਹਿਮੀ, ਭਰਮੀ ਅਤੇ ਪਾਗਲ ਆਖਦੇ ਸਨ। ਇਸ ਸਮੇਂ ਤੱਕ ਜਿੰਨੀ ਵੀ ਉੱਨਤੀ ਮਨੁੱਖ ਜਾਤੀ ਨੇ ਕੀਤੀ ਹੈ, ਉਹਦਾ ਸਿਹਰਾ ਇਹਨਾਂ ਚਿੰਤਕਾਂ, ਭਰਮੀਆਂ ਅਤੇ ਵਹਿਮੀਆਂ ਦੇ ਸਿਰ 'ਤੇ ਹੈ। ਇਸ ਲਈ ਮੇਰੇ ਦੋਸਤੋ, ਜੇ ਤੁਸੀਂ ਵੀ ਚਿੰਤਕ, ਭਰਮੀ ਅਤੇ ਵਹਿਮੀ ਹੋ ਤਾਂ ਇਸ ਉੱਤੇ ਕਿਸੇ ਕਿਸਮ ਦੀ ਸ਼ਰਮ ਜਾਂ ਹੇਠੀ ਮਹਿਸੂਸ ਨਾ ਕਰੋ, ਬਲਕਿ ਇਸ ਗੱਲ 'ਚ ਖੁਸ਼ ਹੋਵੋ ਕਿ ਤੁਸੀਂ ਕੁਝ ਚਿੰਤਕ, ਅਹਿਸਾਸੀ ਅਤੇ ਭਰਮੀ ਹੋ, ਕਿਉਂਕਿ ਇਹ ਚੀਜ਼ ਤੁਹਾਨੂੰ ਦੁਨੀਆ ਦੇ ਵੱਡੇ ਵੱਡੇ ਅਤੇ ਮਸ਼ਹੂਰ ਜਰਨੈਲਾਂ, ਮੁਸੱਬਰਾਂ, ਡਾਕਟਰਾਂ, ਇੰਜੀਨੀਅਰਾਂ, ਕਾਢੂਆਂ, ਸਾਇੰਸਦਾਨਾਂ, ਕਵੀਆਂ ਅਤੇ ਲਿਖਾਰੀਆਂ ਦੀ ਕਿਤਾਰ 'ਚ ਲਿਆ ਖੜ੍ਹਾ ਕਰਦੀ ਹੈ। ਧੰਨਵਾਦ। ਸਮਾਪਤ।